ਟਲ ਸਾਬ ਜਿਹੜੀ ਇਹ ਚੋਣਾ ਹੋਈਆਂ ਨੇ ਜਿਮਨੀ ਚੋਣਾ ਇਹਦੇ ਵਿੱਚ ਕੀ ਕੀ ਵੋਟਾਂ ਰਹੀਆਂ ਨੇ ਤੇ ਕਿਹਦੀ ਕਿਹੜੀ ਕਿਹੜੀ ਲੀਡ ਨਾਲ ਜਿੱਤ ਹੋਈ ਹੈ ਜੀ ਦੇਖੋ ਜਿਹੜੀ ਮਮਤਾ ਬੈਨਰਜੀ ਦਾ ਅਜੇ ਕਲੀਅਰ ਹੋ ਕੇ ਆਇਆ ਹੈਗਾ ਜੀ ਕਿ ਉਹ ਤਕਰੀਬਨ ਤਕਰੀਬਨ 58000 ਵੋਟਾਂ ਤੇ ਜਿੱਤ ਗਈ ਮਮਤਾ ਬੈਨਰਜੀ ਨੂੰ ਉੱਥੇ 84709 ਵੋਟ ਪਈ ਹੈ ਜਿਹੜੇ ਉਹਨਾਂ ਦੇ ਮੁਕਾਬਲੇ ਸੀਗੇ ਭਾਰਤੀ ਜਨਤਾ ਪਾਰਟੀ ਦੀ ਪ੍ਰਿੰਕਾ ਫਿਵਰੇਵਾਲ ਜੀ ਉਹਨਾਂ ਨੂੰ ਪਈਆਂ ਨੇ 26320 ਤੇ 4000 ਜਿਹੜੀਆਂ ਛੱਪੀਆਂ ਤਰ੍ਹਾਂ ਕਾਮਰੇਡਾਂ ਉੱਥੇ ਵੋਟ ਪਈ ਹੈ ਇਹ ਤਾਂ ਨਦੀ ਪੱਕੀ ਬੋੜੀ ਸਮਝ ਲੋ ਕਾਮਰੇਡਾਂ ਦੀ ਜਿਹੜੀ ਸੀਗੀ ਜਿਹੜੇ ਇਹ ਰੌਲਾ ਪਾ ਰਹੇ ਸੀ ਕਿ ਮੰਮਤਾ ਪੈਨਰਜੀ ਹਾਰ ਸਕਦੀ ਆ ਆਇਆ ਹੋ ਸਕਦਾ ਹੋ ਸਕਦਾ ਕਾਂਟੇ ਦੀ ਟੱਕਰ ਹੈ ਆ ਕਾਂਟੇ ਦੀ ਟੱਕਰ ਤੁਹਾਡੇ ਸਾਹਮਣੇ ਭਾਰਤੀ ਜਨਤਾ ਪਾਰਟੀ ਜਿਹੜੀ ਕਹਿੰਦੀ ਸੀ ਕਿ ਕਾਂਗਰਸ ਮੁਕਤ ਭਾਰਤ ਦੇ ਇਹ ਥੱਲ ਪਾਈ ਜੀ ਤਾਂ ਮੰਮਤਾ ਪੈਨਰਜੀ ਨੇ ਪਾਈ ਇਸ ਤੋਂ ਬਾਅਦ ਜਿਹੜਾ ਨਾਰਾ ਦਿੱਤਾ ਗਿਆ ਜਿਕੇ ਇੱਕ ਲੱਤ ਨਾਲ ਬੰਗਾਲ ਤੇ ਦੋ ਲੱਤਾਂ ਦੇ ਨਾਲ ਦਿੱਲੀ ਸਰ ਕਰਨੀਆਂ ਇਸ ਹੰਕਾਰ ਦੇ ਘੋੜੇ ਤੇ ਚੜੇ ਦੋ ਉਜੇ ਰਾਤੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੂੰ ਢਾਉਣ ਵਾਸਤੇ ਮਮਤਾ ਪਾਣਰਜੀ ਨੂੰ ਅੱਗੇ ਲਾਇਆ ਜਾਵੇ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸੁਖਵੀਰ ਸਿੰਘ ਇਸ ਵੇਲੇ ਦੀ ਵੱਡੀ ਖਬਰ ਪੱਛਮੀ ਬੰਗਾਲ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ TMC ਦੀ ਜਿਹੜੀ ਉਹ ਵੱਡੀ ਜਿੱਤ ਹੋਈ ਹੈ ਮਮਤਾ ਪਾਣਰਜੀ ਨੂੰ ਕਿੰਨੀਆਂ ਵੋਟਾਂ ਪਈਆਂ ਨੇ ਤੇ ਹੋਰ ਉਹਨਾਂ ਦੇ ਸਾਥੀਆਂ ਨੂੰ ਕਿੰਨੀਆਂ ਵੋਟਾਂ ਪਈਆਂ ਨੇ ਇਸ ਪੂਰੇ ਮੁੱਦੇ ਤੇ जानने ਲਈ ਸਾਡੇ ਨਾਲ ਨੇ ਡੀ5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢੱਲੂ ਜੀ ਢੱਲੂ ਸਾਹਿਬ ਜਿਹੜੀ ਇਹ ਚੋਣਾ ਹੋਈਆਂ ਨੇ ਜਮਨੀ ਚੋਣਾ ਇਹਦੇ ਵਿੱਚ ਕੀ ਕੀ ਵੋਟਾਂ ਰਹੀਆਂ ਨੇ ਤੇ ਕਿਹਦੀ ਕਿਹੜੀ ਕਿਹੜੀ ਲੀਡ ਨਾਲ ਜਿੱਤ ਹੋਈ ਹੈ ਜੀ ਦੇਖੋ ਜਿਹੜੀ ਮਮਤਾ ਬেনারਜੀ ਦਾ ਹਜੇ ਕਲੀਅਰ ਹੋ ਕੇ ਆਇਆ ਹੈਗਾ ਜੀ ਕਿ ਉਹ ਤਕਰੀਬਨ ਤਕਰੀਬਨ 58000 ਵੋਟਾਂ ਤੇ ਜਿੱਤ ਗਏ ਨੇ ਜੀ ਮਮਤਾ ਬেনারਜੀ ਨੂੰ ਉੱਥੇ 84709 ਵੋਟ ਪਈ ਹੈ ਜਿਹੜੇ ਉਹਨਾਂ ਦੇ ਮੁਕਾਬਲੇ ਸੀਗੇ ਭਾਰਤੀ ਜਨਤਾ ਪਾਰਟੀ ਦੀ ਪ੍ਰਿੰਕਾ ਟਿਮਰੇਵਾਲ ਜੀ ਉਹਨਾਂ ਨੂੰ ਪਈਆਂ ਨੇ 26320 ਜੀ ਤੇ 4000 ਜਿਹੜੀਆਂ ਖੱਬੀਆਂ ਤਰ੍ਹਾਂ ਕਾਮਰੇਡਾਂ ਨੂੰ ਉੱਥੇ ਵੋਟ ਪਈ ਹੈ ਇਹ ਤਾਂ ਉਹਨਾਂ ਦੀ ਪੱਕੀ ਵੋਟ ਨਹੀਂ ਸਮਝ ਲਓ ਕਾਮਰੇਡਾਂ ਦੀ ਜਿਹੜੀ ਸੀਗੀ ਜਿਹੜੇ ਇਹ ਰੌਲਾ ਪਾ ਰਹੇ ਸੀ ਕਿ ਮਮਤਾ ਬੈਨਰਜੀ ਹਾਰ ਸਕਦੀ ਆ ਆ ਹੋ ਸਕਦਾ ਉਹ ਹੋ ਸਕਦਾ ਕਾਂਟੇ ਦੀ ਟੱਕਰ ਹੈ ਆ ਕਾਂਟੇ ਦੀ ਟੱਕਰ ਤੁਹਾਡੇ ਸਾਹਮਣੇ ਹੈ ਜੀ ਕਿ ਉਹਨਾਂ ਨਾਲੋਂ 2678 ਤਿੰਨ ਗੁਣਾ ਤੋਂ ਵੀ ਜ਼ਿਆਦਾ ਵੋਟਾਂ ਜਿਹੜੀਆਂ ਮਮਤਾ ਬੈਨਰਜੀ ਨੇ ਪ੍ਰਾਪਤ ਕੀਤੀਆਂ 26 ਦੂਨ 52 58000 ਤੇ ਦੁੱਗਨੇ ਤੋਂ ਵੱਧ ਉਹਦੀ ਜਿੱਤ ਪ੍ਰਾਪਤ ਹੋਈ ਹੈ ਇੱਥੇ ਇਸੇ ਤਰ੍ਹਾਂ ਜਿਹੜਾ ਸ਼ਮਸ਼ੇਦ ਜੰਗਾ ਤੇ ਦੂਜਾ ਇੱਕ ਹੋਰ ਸੀਟ ਹੈਗੀ ਹੈ ਜੰਗੀਪੁਰ ਜੀ ਉੱਥੇ ਵੀ ਜਿਹੜੇ ਟੀਐਮਸੀ ਦੇ ਉਮੀਦਵਾਰ ਨੇ ਉਹ ਕਾਫੀ ਅੱਗੇ ਚੱਲ ਰਹੇ ਨੇ ਇੰਨੇ ਕ ਅੱਗੇ ਚੱਲ ਰਹੇ ਨੇ ਹੁਣ ਉੱਥੋਂ ਉਹਨਾਂ ਦੀ ਜਿਹੜੀ ਵੜਤ ਹੈ ਉਹ ਟੁੱਟਣਾ ਬਹੁਤ ਮੁਸ਼ਕਲ ਲੱਗਦਾ ਹੈ ਜੀ ਸੋ ਮੰਮਤਾ ਬੈਨਰਜੀ ਨੇ ਜਿਸ ਤਰ੍ਹਾਂ ਦੀ ਏ ਜੀ ਦਿਖਾਈ ਹੈ ਭਾਰਤੀ ਜਨਤਾ ਪਾਰਟੀ ਜਿਹੜੀ ਕਹਿੰਦੀ ਸੀ ਕਿ ਕਾਂਗਰਸ ਮੁਕਤ ਭਾਰਤ ਜੇ ਇਹਨੂੰ ਠੱਲ ਪਾਈ ਜੀ ਤਾਂ ਉਹ ਮਮਤਾ ਬੇਨਰਜੀ ਨੇ ਪਾਈ ਹੁਣ ਇਸ ਤੋਂ ਬਾਅਦ ਜਿਹੜਾ ਨਾਰਾ ਦਿੱਤਾ ਗਿਆ ਸੀ ਕਿ ਇੱਕ ਲੱਤ ਨਾਲ ਬੰਗਾਲ ਜੀ ਤੇ ਦੋ ਲੱਤਾਂ ਦੇ ਨਾਲ ਦਿੱਲੀ ਸਰ ਕਰਨੀਆਂ ਬਹੁਤ ਸਾਰੇ ਆਗੂਆਂ ਦੇ ਅੱਜ ਟਵੀਟ ਤੇ ਬਿਆਨ ਆ ਗਏ ਖਾਸ ਕਰ ਅਖਲੇਜ ਜੱਦਵ ਠੀਕ ਹੈ ਮਹਾਰਾਸ਼ਟਰ ਵਾਲੇ ਜਿਹੜੇ ਸ਼ਿਫਸਾਣਾ ਵਾਲੇ ਆ ਤੇ ਹੋਰ ਨਾਂ ਦੇ ਸੰਜੇ ਰਾਉਤ ਵਰਗੇ ਤੇ ਹੋਰਾਂ ਦੇ ਉਹਨਾਂ ਦੇ ਸਾਰਿਆਂ ਦੇ ਬਿਆਨ ਆ ਗਿਆ ਕਿ ਹੁਣ 2024 ਦੇ ਵਿੱਚ ਇਸ ਹੰਕਾਰ ਦੇ ਘੋੜੇ ਤੇ ਚੜੇ ਦੋ ਗੁਜਰਾਤੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੂੰ ਢਾਉਣ ਵਾਸਤੇ ਮਮਤਾ ਬੈਨਰਜੀ ਨੂੰ ਅੱਗੇ ਲਾਇਆ ਜਾਵੇ ਉਹ ਯੋਗ ਲੀਡਰ ਹੈ ਇੱਕ ਹੋਰ ਦੇਖਿਓ ਕਿ ਜਿਹੜਾ ਕਿਸਾਨਾਂ ਨੇ ਦਾ ਅੰਦੋਲਨ ਸੀ 27 ਤਰੀਕ ਨੂੰ ਬੰਦ ਦਾ ਦਿੱਤਾ ਗਿਆ ਸੀ ਤਾਂ ਪੱਛਮੀ ਬੰਗਾਲ ਦੇ ਵਿੱਚ ਵੀ ਉਹਦਾ ਡਾਡਾ ਅਸਰ ਸੀ ਉਹ ਜਿਹੜਾ ਅੰਦੋਲਨ ਦਾ ਅਸਰ ਹੈ ਉਹ ਮਮਤਾ ਬਾ ਐਨਰਜੀ ਦੀਆਂ ਵੋਟਾਂ ਤੋਂ ਵੀ ਨਜ਼ਰ ਆਉਂਦਾ ਹੈ ਉਹਨਾਂ ਦੇ ਦੋ ਜਿਹੜੇ ਹੋਰ ਉਮੀਦਵਾਰ ਹੈ ਜਿਨ੍ਹਾਂ ਵੋਟਾਂ ਉਹਨਾਂ ਨੂੰ ਪਈਆਂ ਉਹਦੇ ਤੋਂ ਨਜ਼ਰ ਆਉਂਦਾ ਹੈ ਹੁਣ ਜੇ ਸੁਹਿਰਦਤਾ ਦੇ ਨਾਲ ਜਿਹੜੀਆਂ ਗੈਰ ਭਾਜਪਾਈ ਪਾਰਟੀਆਂ ਨੇ ਉਹ ਰਲ ਮਿਲ ਕੇ ਇੱਕ ਹੋ ਜਾਣ ਤਾਂ 2024 ਦੇ ਵਿੱਚ ਜੇ ਮਮਤਾ ਬਾ ਐਨਰਜੀ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਲਾਨੀ ਜਾਂਦੀ ਹੈ ਤਾਂ ਇਹ ਕ੍ਰਿਸ਼ਮਾ ਨਹੀਂ ਜੀ ਸੱਚ ਸਾਬਤ ਹੋਵੇਗਾ ਜੀ ਧੰਨਵਾਦ ਜੀ ਇਹ ਸਾਨੂੰ ਸਾਡੇ ਨਾਲ ਡੀ5 ਦਾ ਸੀਨੀਅਰ ਡਾਇਰੈਕਟਰ ਜਿਸਪਾਲ ਸਿੰਘ ਢੱਲੋ ਜੀ ਜਿਨ੍ਹਾਂ ਨੇ ਇਸ ਮੁੱਦੇ ਤੇ ਖੁੱਲ ਕੇ ਚਰਚਾ ਕੀਤੀ ਹੁਣ ਦੇਖਣਾ ਇਹ ਹੋਊਗਾ ਕਿ ਜਿਸ ਤਰ੍ਹਾਂ ਕਿਸਾਨੀ ਅੰਦੋਲਨ ਦਾ ਅਸਰ ਪੱਛਮੀ ਬੰਗਾਲ ਦੇ ਵਿੱਚ ਹੋਇਆ ਹੈ 2022 ਦੀਆਂ ਚੋਣਾਂ ਦੇ ਵਿੱਚ ਜੋ ਕਿ ਪੰਜਾਬ ਤੋਂ ਇਹ ਇੰਨੀ ਵੱਡੀ ਲਹਿਰ ਰੋਟੀ ਸੀਗੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਵੀ ਇਸ ਦਾ ਅਸਰ ਜਿਹੜਾ ਉਹ ਦੇਖਣ ਨੂੰ ਮਿਲੇਗਾ ਜਾਂ ਫਿਰ ਨਹੀਂ ਢੱਲੋ ਸਾਹਿਬ ਦੇਖਣਾ ਇਹ ਹੋਊਗਾ ਕਿ ਹੁਣ ਜਿਵੇਂ ਪੱਛਮੀ ਬੰਗਾਲ ਦੇ ਵਿੱਚ ਕਿਸਾਨੀ ਅੰਦੋਲਨ ਦਾ ਅਸਰ ਹੋਇਆ ਹੈ ਕਿ 2022 ਦੇ ਵਿੱਚ ਪੰਜਾਬ 'ਚ ਵੀ ਚੋਣਾਂ ਹੋ ਰਹੀਆਂ ਨੇ ਹੋਰ ਰਾਜਾਂ 'ਚ ਵੀ ਹੋਣ ਜਾ ਰਹੀਆਂ ਨੇ ਇਹਦਾ ਅਸਰ ਉੱਥੇ ਦੇਖਣ ਨੂੰ ਮਿ ਇਹ ਪੰਜਾਬ ਪੱਛਮੀ ਬੰਗਾਲ ਪੰਜਾਬ ਇਹਦੇ ਨਾਲ ਮਨੀਪੁਰ ਗੋਆ ਉੱਤਰਾਖੰਡ ਤੇ ਯੂਪੀ ਜੀ ਇਹ ਪੰਜ ਰਾਜਾਂ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ ਕਿਸਾਨ ਉੱਥੇ ਵੀ ਵੱਡੀ ਵੱਡੀ ਗਿਣਤੀ ਦੇ ਵਿੱਚ ਹੈ ਇਹ ਨਰਿੰਦਰ ਮੋਦੀ ਤੇ ਉਹਦੀ ਜੁੰਡਲੀ ਨੂੰ ਦੇਖ ਲੈਣਾ ਚਾਹੀਦਾ ਕਿ ਕੀ ਕੁਝ ਕੰਧ ਤੇ ਲਿਖਿਆ ਹੋਇਆ ਹੈਗਾ ਮੁਜ਼ੱਫਰਨਗਰ ਦੇ ਵਿੱਚ ਜਿਹੜੀ ਮਹਾਪੰਚਾਇਤ ਹੋਈ ਸੀ ਉਹਦਾ ਇਹ ਇੱਕ ਕਿਸਾਨ ਅੰਦੋਲਨ ਤੋਂ ਉਪਜਿਆ ਹੋਇਆ ਹੈ। ਇਸ ਵੇਲੇ ਕਿਸਾਨ ਅੰਦੋਲਨ ਕਿਸੇ ਇੱਕ ਰਾਜ ਦਾ ਨਹੀਂ ਰਿਹਾ। ਇਹ ਪੂਰੇ ਭਾਰਤ ਦੇ ਬਹੁ ਗਿਣਤੀ ਰਾਜਾਂ ਦੇ ਵਿੱਚ ਜਾ ਪਹੁੰਚੇਗਾ। ਕਿਸਾਨੀ ਅੰਦੋਲਨ ਦੀ ਜਿੰਨੀ ਹਜ਼ਾਇਤ ਲੋਕ ਕਰ ਰਹੇ ਨੇ ਜਿਵੇਂ 1975 ਐਮਰਜੈਂਸੀ ਤੋਂ ਬਾਅਦ ਹੰਕਾਰ ਦੇ ਘੋੜੇ ਤੇ ਚੜੀ ਇੰਦਰਾ ਗਾਂਧੀ ਨੂੰ ਲਾਹ ਮਾਰਿਆ ਸੀ ਉਹਨੂੰ ਖੁਦ ਨੂੰ ਵੀ ਹਰਾਤਾ ਸੀਗਾ। ਇੱਕ ਸਧਾਰਨ ਬੰਦੇ ਰਾਜਨਾਰੈਨ ਨੇ। ਉਸੇ ਤਰ੍ਹਾਂ ਅੱਜ ਵੀ ਜਿਹੜਾ ਨਰਿੰਦਰ ਮੋਦੀ ਇਹ ਕਹਿੰਦੇ ਐ ਕਿ ਹੰਕਾਰ ਦੇ ਘੋੜੇ ਤੇ ਚੜਿਆ ਕਿਤੇ ਇਹ ਨਾ ਹੋਵੇ ਬਾਰਾਨਸੀ ਦੇ ਵਿੱਚੋਂ ਟਕੈਤ ਸਾ ਵੀ ਉਹਦੇ ਮੁਕਾਬਲੇ ਖੜ ਜਾਣਾ ਜੀ ਸੋ ਕਿਸਾਨੀ ਅੰਦੋਲਨ ਦਾ ਹਰ ਵਰਗ ਹਰ ਥਾਂ ਤੇ ਉੱਤੇ ਪੂਰਾ ਭਾਰ ਬਹੁਤ ਵੱਡੀ ਪੱਧਰ ਦੇ ਉੱਤੇ ਅਸਰ ਪੈ ਰਿਹਾ ਹੈ ਕਾਰਨ ਜੀ ਕਿ ਹਰ ਖੇਤਰ ਦੇ ਵਿੱਚ ਮਹਿੰਗਾਈ ਪੈਦਾ ਕਰਦੀ ਬੇਰੁਜ਼ਗਾਰੀ ਵਧਾਤੀ ਜੀ ਤੇ ਹੋਰ ਪਤਾ ਨਹੀਂ ਕਿੰਨਾ ਜਿਹੜੀਆਂ ਨਿੱਤਾ ਪ੍ਰਤੀ ਦੀਆਂ ਅਵਸਥਾ ਨੇ ਉਹ ਵੀ ਮਤਲਬ ਵੱਡੀ ਪੱਧਰ ਤੇ ਮਹਿੰਗੀਆਂ ਲੋਕਾਂ ਨੂੰ ਮਿਲ ਰਹੀਆਂ ਨੇ ਲੋਕਾਂ ਦੇ ਦਮ ਘੁੱਟੇ ਹੋਏ ਨੇ ਇਹ بار-ਬਾਰ ਲੋਕਾਂ ਤੇ ਭਾਰ ਪਾਇਆ ਜਾ ਰਿਹਾ ਬੇਲੋੜੇ ਖਰਚੇ ਕੀਤੇ ਜਾ ਰਹੇ ਨੇ ਕਦੇ ਮੂਰਤੀ ਬਣਾਉਣ ਤੁਰ ਪੈਂਦਾ ਕਦੇ ਮਤਲਬ ਧਾਰਮਿਕ ਆਸਥਾ ਲੋਕਾਂ ਦੀ ਛੇੜਦਾ ਤੇ ਕਦੇ ਇਹ ਪਾਰਲੀਮੈਂਟ ਨਵੀਂ ਬਣਾਉਣ ਵਾਲੇ ਪਾਸੇ ਤੁਰ ਪੈਂਦਾ ਪਾਰਲੀਮੈਂਟ ਦੇ ਨਾਲ ਕੁਝ ਨਹੀਂ ਹੋਣਾ ਜਿਹੜੇ ਅਪਰਾਧਿਕ ਵਿਰਤੀ ਵਾਲੇ ਉੱਥੇ ਬੈਠੇ ਨੇ ਉਹਨਾਂ ਨੂੰ ਬਾਹਰ ਕੱਢ ਕੇ ਸਹੀ ਰੂਪ ਵਾਲੇ ਸਾਫ ਅਖਸ਼ ਵਾਲੇ ਲੋਕਾਂ ਨੂੰ ਲਿਆਓ ਤਾਂ ਲੋਕਾਂ ਦੀ ਸੋਚ ਤਬਦੀਲ ਕਰੋ ਤਾਂ ਕੁਝ ਜਾ ਕੇ ਮਿਲੇਗਾ ਉਹ ਕਿਤੋਂ ਹੋਣੀ ਹੈ ਜਦੋਂ ਅਪਰਾਧਿਕ ਵਿਰਤੀ ਵਾਲੇ 200 ਤੋਂ ਵੱਧ ਤਾਂ ਪਾਰਲੀਮੈਂਟ ਦੇ ਵਿੱਚ ਬੈਠੇ ਨੇ ਤਾਂ ਕੀ ਅਸ ਇਹਨਾਂ ਤੋਂ ਅਸੀਂ ਰੱਖ ਸਕਦੇ ਹਾਂ ਜੀ ਇਹ ਸੰਸਾਦ ਨਾਲ ਡੀ5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿਲੋਜੀ ਜਿਨ੍ਹਾਂ ਨੇ ਇਸ ਮੁੱਦੇ ਤੇ ਚਰਚਾ ਕੀਤੀ ਹੁਣ ਦੇਖਣਾ ਆਏ ਹੋਊਗਾ ਕਿ 2022 ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਕਿਸਾਨੀ ਅੰਦੋਲਨ ਦਾ ਕੀ ਅਸਰ ਹੁੰਦਾ ਹੈ ਜਿਸ ਤਰ੍ਹਾਂ ਪੱਛਮੀ ਬੰਗਾਲ ਦੇ ਵਿੱਚ ਜਿਹੜਾ ਉਹ TMC ਦੀ ਕਾਂਗਰਸ ਦੀ ਵੱਡੀ ਜਿੱਤ ਹੋਈ ਆ ਕਿਹਾ ਜਾ ਰਿਹਾ ਹੈ ਕਿ ਅੰਦੋਲਨ ਦਾ ਉੱਥੇ ਕਾਫੀ ਵੱਡਾ ਅਸਰ ਹੋਇਆ ਕਿਸਾਨਾਂ ਦਾ ਉਹਨਾਂ ਨੂੰ ਕਾਫੀ ਜ਼ਿਆਦਾ ਸਾਥ ਮਿਲ ਰਿਹਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਇਹ ਹੋਵੇਗਾ ਕਿ ਜਿਹੜੀਆਂ ਹੋਰ ਜਿਹੜੀਆਂ ਪੰਜ ਰਾਜਾਂ ਦੇ ਵਿੱਚ ਇਹ ਚੋਣਾਂ ਹੋਣਗੀਆਂ ਉੱਥੇ ਇਸ ਦਾ ਕੀ ਹੋਵੇਗਾ ਕੈਮਰਾਮੈਨ ਜਸਪੀਤ ਨਾਲ ਮੈਂ ਸੁਖਵੀਰ ਭੰਗੂ ਪਟਿਆਲਾ 5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗਿਆਨੀ ਸਾਹਿਬ ਸਿੰਘ ਜੀ ਸ਼ਾਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ ਐਤਵਾਰ ਸਵੇਰੇ 7 ਤੋਂ 8 ਵਜੇ ਤੱਕ ਡੀ5 ਚੈਨਲ ਪੰਜਾਬੀ ਤੇ